ਹੋਈ ਜਾਣਾ ਇੱਕ ਵਿੱਚ ਆ ਖੜ ਜਾਵੇ ਇਹ ਬੇਨਤੀ ਆ ਜਿਹੜੀ ਪ੍ਰੋਪਰ ਟੀਮ ਪਹਿਲਾਂ ਆਈ ਆ ਉਹਨੂੰ ਅਸੀਂ ਰੇਟ ਦਿੱਤੀ ਆ ਆਪਣੇ ਵੱਲੋਂ ਦਿੱਤੀ ਆ ਕਿਉਂਕਿ ਅਸੀਂ ਮੋਗੇ ਨੂੰ ਰੇਟ ਦਿੱਤੀ ਉਹਦੀ ਪ੍ਰੋਪਰ ਟੀਮ ਇਕੱਠੀ ਆਈ ਸਾਰੀ ਵਿੱਚ ਇਹ ਪਹਿਲੀ ਰੇਟ ਭਾਜੀ ਮੋਗੇ ਉਡਾਣਾ ਦੀ ਆ ਬਹੁਤ ਬਹੁਤ ਧੰਨਵਾਦ ਹੈਲੋ ਸਾਡੇ ਸਤਿਕਾਰ ਜਾਂ ਸੋਨੂ ਭਾਜੀ ਉਹਨਾਂ ਨੂੰ ਬੇਨਤੀ ਵੀ ਆਪਣੀ ਟੀਮ ਤਿਆਰ ਕਰ ਲਵੇ ਕਿਉਂਕਿ ਹਾਫ ਟਾਈਮ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਸਰਾੜਾ ਰਾਣੂਆ ਕਾਲਾ ਸੰਘਾ ਉਹਨਾਂ ਨੂੰ ਦੋਹਾਂ ਟੀਮਾਂ ਨੂੰ ਬੇਨਤੀ ਆ ਵੀ ਤਿਆਰ ਹੋ ਕੇ ਗਰਾਊਂਡ ਦੇ ਵਿੱਚ ਆ ਜਾਣ ਲਗਭਗ ਦੋਨੇ ਟੀਮਾਂ ਜਿਹੜੀਆਂ ਪੁੱਜ ਚੁੱਕੀਆਂ ਹਰਜੀਤ ਵੀਰ ਜੀ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਆਪਾਂ ਪਹਿਲਾਂ ਦੱਸ ਦਈਏ ਵੀ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਸਰਹਾਲਾ ਰਾਣੂਆ ਤੇ ਧੰਨ ਧੰਨ ਬਾਬਾ ਕਾਂਧਾ ਸਪੋਰਟਸ ਕਲੱਬ ਕਾਲੇ ਸੰਘਿਆਂ ਦਾ ਅਗਲਾ ਜੋ ਮੈਚ ਖੇਡ ਮੈਦਾਨ ਦੇ ਵਿੱਚ ਹੋਵੇਗਾ ਬਹੁਤ ਹੀ ਸਤਿਕਾਰਯੋਗ ਸਰਦਾਰ ਸੇਵਾ ਸਿੰਘ ਜੀ ਬ੍ਰਦਰ ਉਹਨਾਂ ਦੇ ਸਰਦਾਰ ਗੁਰਦਿਆਲ ਸਿੰਘ ਜੀ ਜਿਨ੍ਹਾਂ ਵੱਲੋਂ ਕਹਿੰਦੇ ਵੀ 2.5 ਲੱਖ ਰੁਪਇਆ ਇਸ ਖੇਡ ਮੇਲੇ ਲਈ ਵੱਡੇ ਜਿਹੜੇ ਸਹਿਯੋਗ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਦੀ ਬਦੌਲਤ ਅੱਜ ਦਾ ਜਿਹੜਾ ਇਹ ਖੇਡ ਮੇਲਾ ਲਓ ਆਲ ਓਪਨ ਕਲੱਬਾਂ ਦਾ ਪਹਿਲਾ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਮੇਰੇ ਤੋਂ ਸੱਜੇ ਹੱਥ ਜਿਹੜੀ ਟੀਮ ਆ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਤੋਤਾ ਸਿੰਘ ਵਾਲੇ ਦੀ ਟੀਮ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਤੋਤਾ ਸਿੰਘ ਵਾਲਾ ਔਰ ਸਾਡੇ ਗੁਰਬਖਸ਼ਪ੍ਰੀਤ ਜੀ ਸਾਡੇ ਕੋਚ ਸਾਹਿਬ ਜਿਹੜੇ ਪੁੱਜੇ ਹੋਏ ਨੇ ਤੋਤਾ ਸਿੰਘ ਵਾਲੇ ਦੀ ਟੀਮ ਲੈ ਕੇ ਹੈਲੋ ਇਸ ਮੈਚ ਨੂੰ ਸਰਦਾਰ ਬਲਵੀਰ ਸਿੰਘ ਜੀ ਪੀਟੀਆਈ ਸਰਦਾਰ ਜਗਿੰਦਰ ਸਿੰਘ ਜੀ ਪੀਟੀਆਈ ਮੈਚ ਨੂੰ ਖਿਡਾਉਣਗੇ ਅਸੀਂ ਲਾਈਨਮੈਨ ਨਿੰਦਾ ਦੀਪਾ ਆ ਜਾਓ ਬਈ ਤੁਸੀਂ ਵੀ ਬਾਕੀ ਇਹ ਸਾਡੇ ਜਿਹੜੇ ਦੋਨੇ ਅੰਪਾਇਰ ਆ ਇਹ ਇਸ ਕਰਕੇ ਬਲਵੀਰ ਸਿੰਘ ਪੀੜੀ ਤਾਂ ਜਗਿੰਦਰ ਸਿੰਘ ਜੀ ਇਹ ਮੈਚ ਨੂੰ ਖਿਡਾਉਣਗੇ ਬਹੁਤ ਹੀ ਸਤਿਕਾਰਯੋਗ ਆ ਜਾਓ ਜੀ ਆ ਜਾਓ ਟੀਮ ਵਾਲੇ ਸਾਰੇ ਖਿਡਾਰੀ ਵੀਰੋ ਨੋਟ ਕਰ ਲਾ ਸਾਡੇ ਕੁਲਵੰਤ ਸਿੰਘ ਜੀ ਕੁੱਕਾ ਅਮਰੀਕਾ ਵਾਲੇ ਬਲਵੀਰ ਸਿੰਘ ਜੀ ਬੀਰੀ ਅਮਰੀਕਾ ਵਾਲੇ ਤੇ ਸਾਡੇ ਤਰਲੋਚਨ ਸਿੰਘ ਜੀ ਤੋਜੀ ਅਮਰੀਕਾ ਵਾਲੇ ਤਿੰਨਾਂ ਵੀਰਾਂ ਵੱਲੋਂ ਕਹਿੰਦੇ ਵੀ ਪਹਿਲੇ ਜੱਪੇ ਤੇ 500 ਰੁਪਇਆ ਜਿਹੜਾ ਦਿੱਤਾ ਜਾਣਾ ਉਹ 500 ਕਿਹੜੇ ਖਿਡਾਰੀ ਦੇ ਹੱਕ ਵਿੱਚ ਹੋਵੇਗਾ ਕਿਹੜੀ ਟੀਮ ਲਈ ਹੋਵੇਗਾ ਵੀਰ ਜੀ ਥੋੜੀ ਜੀ ਇੱਕੋ ਘਟਾ ਦੋ ਥੋੜਾ ਜਿਹਾ ਬੇਸ ਘਟਾ ਦੋ ਤਾਂ ਕਿ ਇਕੱਲੀ ਇਕੱਲੀ ਜਿਹੜੀ ਗੱਲ ਉਹਦੀ ਸਮਝ ਆ ਸਕੇ ਬੜੀ ਮਿੱਠੀ ਤੇ ਪਿਆਰੀ ਸਾਉਂਡ ਏ ਸੋ ਅੱਜ ਦਾ ਇਹ ਪਹਿਲਾ ਜਿਹੜਾ ਮੁਕਾਬਲਾ ਬਹੁਤ ਹੀ ਸਤਿਕਾਰਯੋਗ ਸਾਡੇ NRI ਵੀਰ ਸਰਦਾਰ ਬਲਵੀਰ ਸਿੰਘ ਜੀ ਔਰ ਸਰਦਾਰ ਕੁਲਵੰਤ ਸਿੰਘ ਜੀ ਸਰਦਾਰ ਤਰਲੋਚਨ ਸਿੰਘ ਜੀ ਐਲਾਨ ਕਰਵਾਉਂਦੇ ਨੇ ਵੀ ਪਹਿਲੇ ਜੱਫੇ ਤੇ ਜਿਹੜਾ 500 ਦਾ ਨੋਟ ਆਪਾਂ ਦੇ ਦੇਣਾ ਲਓ ਅੱਜ ਦਾ ਇਹ ਪਹਿਲਾ ਮੁਕਾਬਲਾ ਆਲ ਓਪਨ ਕਲੱਬਾਂ ਦਾ ਮੇਰੇ ਤੋਂ ਜਿਹੜੀ ਖੱਬੇ ਹੱਥ ਟੀਮ ਆ ਬਾਬਾ ਫੰਗੂੜਾ ਕਬੱਡੀ ਕਲੱਬ ਪੱਤੜ ਕਲਾਂ ਦੀ ਟੀਮ ਆ ਤੇ ਮੇਰੇ ਤੋਂ ਸੱਜੇ ਹੱਥ ਜਿਹੜੀ ਟੀਮ ਆ ਇਹ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਤੋਤਾ ਸਿੰਘ ਵਾਲੇ ਦੀ ਟੀਮ ਪਹਿਲਾ ਹੀ ਮੁਕਾਬਲਾ ਜਿਹੜਾ ਮਾਲਵੇ ਤੇ ਦੁਆਬੇ ਦਾ ਸ਼ੁਰੂ ਹੋਣ ਜਾ ਰਿਹਾ ਜਿਹੜੇ ਦਰਸ਼ਕ ਵੀਰ ਪੁੱਜ ਚੁੱਕੇ ਨੇ ਉਹਨਾਂ ਦਰਸ਼ਕ ਵੀਰਾਂ ਦਾ ਧੰਨਵਾਦ ਏ ਜਿਹੜੇ ਨਹੀਂ ਪੁੱਜੇ ਉਹਨਾਂ ਨੂੰ ਬੇਨਤੀ ਏ ਆਓ ਆਪਾਂ ਇਸ ਖੇਡ ਮੇਲੇ ਦੀ ਰੌਣਕ ਨੂੰ ਵਧਾਈਏ ਵਾਹ ਹੈਲੋ ਬਾਕਿਆ ਕਹਿੰਦੇ ਵੀ ਜਿਨ੍ਹਾਂ ਨੇ ਕਬੱਡੀ ਖੇਡੀ ਤੇ ਜਦੋਂ ਖਿਡਾਰੀ ਖੇਡਦੇ ਨੇ ਹਜ਼ਾਰਾਂ ਲੱਖਾਂ ਨੋਟ ਜਿਹੜੇ ਉਹਨਾਂ ਤੋਂ ਬਾਰੇ ਜਾਂਦੇ ਨੇ
ਸੋ ਅੱਜ ਕਹਿੰਦੇ ਵੀ ਜਿਵੇਂ ਸਾਡੇ ਤਰਲੋਚਨ ਸਿੰਘ ਜੀ ਤੋਚੀ ਹੁਣਾਂ ਨੇ ਕਹਿੰਦੇ ਵੀ ਬਹੁਤ ਤਕੜੀ ਕਬੱਡੀ ਖੇਡੀ, ਕੁਲਵੰਤ ਸਿੰਘ ਕੁੱਕੇ ਹੁਣਾਂ ਨੇ, ਬਲਵੀਰ ਸਿੰਘ ਜੀ ਵੀਰੀ ਹੁਣਾਂ ਨੇ ਬਹੁਤ ਤਕੜੀ ਕਬੱਡੀ ਖੇਡੀ, ਪਰ ਅੱਜ ਕਹਿੰਦੇ ਵੀ ਇਹਨਾਂ ਖਿਡਾਰੀਆਂ ਤੋਂ ਨੋਟ ਜਿਹੜੇ ਵਾਰਨੇ ਨੇ। ਲਓ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੈਂ ਦੇਖਦਾ ਵੀ ਇਸ ਵੇਲੇ ਪਹਿਲੀ ਕਬੱਡੀ ਤੋਤਾ ਸਿੰਘ ਵਾਲੇ ਦੀ ਟੀਮ ਦੇ ਵੱਲੋਂ ਜਿਹੜੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ। ਗੁਰਜੀਤ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਤੋਤਾ ਸਿੰਘ ਵਾਲੇ ਦੀ ਟੀਮ ਦੇ ਵੱਲੋਂ। ਇੱਕ ਕਹਿੰਦੇ ਵੀ ਮਾਲਾਂ ਵਾਲਾ, ਇੱਕ ਕਹਿੰਦੇ ਵੀ ਤੂਤਾਂ ਵਾਲਾ ਗੁਰਜੀਤ, ਤੇ ਇੱਕ ਗੁਰਜੀਤ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਗੁਰੂ ਦਾ ਜੀਤ। ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਉਧਰ ਸਿਦਮਾ ਵਾਲਾ ਮੱਤੂ, ਪਰ ਮੈਂ ਦੇਖਦਾ ਵੀ ਪਿਆਰਾ ਬਲੇਰ ਖਾਨ ਪੁਰੀਆ ਇਧਰ ਕਹਿੰਦੇ ਵੀ ਨੰਬਰ ਜੋੜਦਾ ਪਹਿਲਾ 500 ਦਾ ਹੱਕਦਾਰ ਪਿਆਰਾ ਬਲੇਰ ਖਾਨ ਪੁਰੀਆ ਹੋ ਗਿਆ। ਕੁਲਵੰਤ ਸਿੰਘ ਜੀ ਸਾਡੇ ਕੁੱਕਾ ਅਮਰੀਕਾ ਵਾਲੇ, ਔਰ ਤਰਲੋਚਨ ਸਿੰਘ ਜੀ ਸਾਡੇ ਤੋਚੀ ਅਮਰੀਕਾ, ਤੇ ਬਲਵੀਰ ਸਿੰਘ ਜੀ ਵੀਰੀ ਅਮਰੀਕਾ ਵਾਲਿਆਂ ਵੱਲੋਂ 500 ਰੁਪਈਆ ਪਹਿਲੇ ਜੱਫੇ ਤੇ ਇਹ ਪਿਆਰਾ ਬਲੇਰ ਖਾਨਪੁਰ ਦੀ ਧਰਤੀ ਦਾ। ਖੋਜੇਵਾਲ ਪਿੰਡ ਕਹਿੰਦੇ ਵੀ ਜਦੋਂ ਆਪਾਂ ਕਪੂਰਥਲੇ ਤੋਂ ਜਲੰਧਰ ਨੂੰ ਜਾਈਏ, ਖੋਜੇਵਾਲ ਨਗਰ ਜਿਹੜਾ ਮੇਨ ਰੋਡ ਤੇ ਆਉਂਦਾ ਉਸੇ ਨਗਰ ਦਾ, ਕਹਿੰਦੇ ਵੀ ਮਨਵੀਰ ਮੰਨਾ ਕਬੱਡੀ ਪਾ ਰਿਹਾ, ਤੇ ਦੂਜੇ ਪਾਸੇ ਹਰੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਵੀ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਹਰੀ ਉੱਚਾ ਲੰਮਾ ਗੱਭਰੂ ਪਹਾੜ ਵਰਗਾ ਡੱਕਣ ਦਾ ਯਤਨ ਕਰਦਾ। ਲੈ ਵੀ ਬਿੱਲੇ ਦੁੱਗਾ ਵਾਲੇ ਫੜ 500 ਰੁਪਈਆ ਪਹਿਲੇ ਜੱਫੇ ਦਾ ਸਾਡੇ ਬਲਵੀਰ ਸਿੰਘ ਜੀ ਵੀਰੀ ਅਮਰੀਕਾ ਵਾਲੇ ਜਿਹੜੇ ਪਹੁੰਚਾ ਗਏ ਨੇ, ਨਾਲ ਦੀ ਨਾਲ ਇਹਨਾਂ ਖਿਡਾਰੀਆਂ ਦੇ ਮਾਣ ਜਿਹੜੇ ਕੀਤੇ ਜਾਣੇ ਨੇ। ਲਓ ਸਾਹਮਣੇ ਬਲਜੀਤ ਕਬੱਡੀ ਪਾ ਰਿਹਾ, ਬਲਜੀਤ ਲਓ ਬਲਜੀਤ ਦੀ ਕਬੱਡੀ, ਤੇ ਫਿਰ ਕਹਿੰਦੇ ਵੀ ਪਿਆਰਾ ਬਲੇਰ ਖਾਨਪੁਰ ਵਾਲਾ ਕਹਿੰਦੇ ਵੀ ਇੰਟਰਨੈਸ਼ਨਲ ਖਿਡਾਰੀ ਹੈ। ਖੇਡਿਆ ਕਹਿੰਦੇ ਵੀ ਕੈਨੇਡਾ ਦੀ ਧਰਤੀ ਤੇ, ਵੈਨਕੂਵਰ ਕਬੱਡੀ ਕਲੱਬ ਦੇ ਲਈ ਖੇਡਿਆ, ਨੀਟੂ ਕੰਗ ਹੁਣਾਂ ਲਈ ਖੇਡਿਆ, ਲੱਖੇ ਗਾਜੀਪੁਰੀ ਹੁਣਾਂ ਲਈ ਖੇਡਿਆ, ਪਰ ਇੱਧਰ ਖੇਡ ਮੈਦਾਨ ਦੇ ਵਿੱਚ ਲਓ ਪਈ ਹੋਈ ਕਬੱਡੀ, ਤੇ ਇੱਕ ਪਾਸੇ ਇਹ ਹੈ ਚਰਨਾ ਧੱਲੇਗੇ ਵਾਲਾ ਜਿਹੜਾ ਖੇਡ ਮੈਦਾਨ ਵਿੱਚ ਡੱਕਣ ਦਾ ਯਤਨ ਕਰਦਾ, ਪਰ ਨੰਬਰ ਜਿਹੜਾ ਖੇਡ ਮੈਦਾਨ ਦੇ ਵਿੱਚ ਇਸ ਲਈ ਅੰਮ੍ਰਿਤਪਾਲ ਖੀਰਾ ਵਾਲੀ ਦੀ ਧਰਤੀ ਦਾ। ਕੱਲ ਵੀ ਕਹਿੰਦੇ ਵੀ 1 ਲੱਖ ਰੁਪਈਆ ਖੀਰਾਵਾਲ ਦੀ ਟੀਮ ਨੇ ਜਿੱਤਿਆ ਮੋਰੋਂ ਦੇ ਕਬੱਡੀ ਕੱਪ ਤੇ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੈਂ ਦੇਖਦਾ ਵੀ ਇਸ ਵੇਲੇ ਪਈ ਹੋਈ ਕਬੱਡੀ ਤੋਤਾ ਸਿੰਘ ਵਾਲੇ ਦੀ ਟੀਮ ਲਵਲ ਮੋਠੇ ਦੀ, ਇਹਨੂੰ ਮੋਠਾ ਆਖਦੇ ਨੇ ਪਿਆਰ ਦੇ ਨਾਲ, ਇਹ ਹੈ ਮੋਠਾ ਤੋਤਾ ਸਿੰਘ ਵਾਲੇ ਦੀ ਧਰਤੀ ਦਾ। ਸਾਹਮਣੇ ਕੌਣ ਸਿੱਖ ਸਰਦਾਰ ਹੈ ਮੇਰੇ ਵੀਰੋ, ਕਹਿੰਦੇ ਵੀ ਕਰਤਾਰਪੁਰ ਦੇ ਲਾਗੇ ਦਿਆਲਪੁਰ ਪਿੰਡੇ ਸੋਨੂ ਜੰਪ ਮਸ਼ਹੂਰ ਖਿਡਾਰੀ ਹੈ, ਸੋਨੂ ਹੁੰਦਲ ਵੀ ਮਸ਼ਹੂਰ ਹੈ, ਪਰ ਆਹ ਖਿਡਾਰੀ ਦਾ ਵੀ ਸੋਨੂ ਨਾਮ ਹੈ। ਲਓ ਇੱਕ ਪਾਸੇ ਸੋਨੀ ਤੇ ਦੂਜੇ ਪਾਸੇ ਸੋਨੂ, ਐਨ ਕਹਿੰਦੇ ਵੀ ਭੁੱਖ ਲੈਂਦੀ ਦੇਖ ਕੇ ਗੁੰਦੇ ਹੋਏ ਸਰੀਰਾਂ ਨੂੰ, ਚੁੰਮਦੀ ਆ ਪੈਰ ਜਿੱਤ ਆਣ ਕੇ ਅਖੀਰਾਂ ਨੂੰ, ਲਾਉਂਦੇ ਮਿਹਨਤ ਜਿੰਮਾਂ ਦੇ ਵਿੱਚ ਜਾ ਕੇ, ਤੇ ਹੁਣ ਮਜ਼ਬੂਤ ਹੱਡੀਆਂ ਖਾਂਦੇ ਨੇ ਖੁਰਾਕਾਂ ਖੁੱਲੀਆਂ ਤੇ ਮਾਰਦੇ ਨੇ ਮੱਲਾਂ ਵੱਡੀਆਂ। ਇੱਕ ਕਹਿੰਦੇ ਵੀ ਸਾਬੀ ਮੱਲੀਆਂ ਵਾਲਾ ਨਹੀਂ ਰਿਹਾ ਸਾਡੇ ਵਿਚਕਾਰ, ਅੱਜ ਉਹਦੇ ਨਾਮ ਤੇ ਜਿਹੜੀ ਮੱਲੀਆਂ ਦੀ ਟੀਮ ਖੇਡਣੀ, ਇੱਕ ਸਾਬੀ ਖਾਨਪੁਰੀਆ ਤੇ ਇੱਕ ਸਾਬੀ ਤੁਹਾਡੇ ਸਾਹਮਣੇ ਕਬੱਡੀ ਪਾ ਰਿਹਾ ਤੋਤਾ ਸਿੰਘ ਵਾਲੇ ਦੀ ਟੀਮ ਦਾ। ਲਓ ਕਬੱਡੀ ਪਾ ਕੇ ਨੰਬਰ ਜੋੜਦਾ ਤੋਤਾ ਸਿੰਘ ਵਾਲੇ ਦੀ ਟੀਮ ਦੇ ਲਈ। ਅਗਲੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਸਰਹਾਲਾ ਰਾਣੂਆਂ ਦੀ ਟੀਮ ਤੇ ਕਾਲਾ ਸੰਘਿਆਂ ਦੀ ਟੀਮ ਜਲਦੀ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆ ਜਾਣ। ਇੱਕ ਪਾਸੇ ਬਲੇਰ ਖਾਨਪੁਰ ਦੀ ਧਰਤੀ ਦਾ ਇਹ ਹੈ ਹਰਪ੍ਰੀਤ ਹੈਪੀ, ਜਿਹਦੀ ਗੱਲ ਕਹਿੰਦੇ ਵੀ ਜੱਸੇ ਫਤਿਹਪੁਰੀ ਨੇ ਆਪਣੇ ਗੀਤ ਦੇ ਵਿੱਚ ਕੀਤੀ, ਇਹ ਉਹੀ ਹੈਪੀ ਹੈ ਬਲੇਰ ਖਾਨਪੁਰ ਦੀ ਧਰਤੀ ਦਾ ਜਿਹੜਾ ਨੰਬਰ ਜੋੜਦਾ ਹੋਇਆ ਪੱਤਣਾ ਦੀ ਟੀਮ ਦੇ ਲਈ। ਬਾਬਾ ਫੰਗੂੜਾ ਕਬੱਡੀ ਕਲੱਬ ਪੱਤੜ ਕਲਾ, ਸਾਹਮਣੇ ਲੱਕੀ ਦੀ ਕਬੱਡੀ ਖੇਡ ਮੈਦਾਨ ਚ ਪੈ ਚੁੱਕੀ ਤੇ ਸਰਦਾਰ ਬਲਵੀਰ ਸਿੰਘ ਜੀ ਰੈਫਰੀ ਸਾਡੇ ਮਾਰਦੇ ਨੇ ਵਿਸਲ ਵੀ ਨੰਬਰ ਜਿਹੜਾ ਤੋਤਾ ਸਿੰਘ ਵਾਲੇ ਦੀ ਟੀਮ ਦੇ ਲਈ। ਮਨਵੀਰ ਨੂੰ ਪਿਆਰ ਦੇ ਨਾਲ ਮੰਨਾ ਆਖਦੇ ਨੇ ਖੋਜੇਵਾਲ ਪੈਂਡੇ। ਲਓ ਕਹਿੰਦੇ ਵੀ ਜਲੰਧਰ ਰੋਡ ਕਪੂਰਥਲੇ ਤੋਂ ਜਦੋਂ ਆਪਾਂ ਜਲੰਧਰ ਰੋਡ ਤੇ ਆਈਏ ਲਾਗੇ ਕਹਿੰਦੇ ਵੀ ਸਾਇੰਸ ਸਿਟੀ ਜਿਹੜੀ ਮਸ਼ਹੂਰ ਹੈ ਉਸੇ ਕਹਿੰਦੇ ਵੀ ਏਰੀਏ ਦਾ ਖੋਜੇਵਾਲ ਪਿੰਡ, ਖੋਜੇਵਾਲ ਦਾ ਜੰਪਲ, ਇਹ ਹੈ ਮੰਨਾ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਦੂਜੇ ਪਾਸੇ ਹਰੀ ਪਹਾੜ ਵਰਗਾ ਗੱਭਰੂ, ਆਓ ਕਹਿੰਦੇ ਵੀ ਬਾਹਰ ਕੱਢਦਾ ਹੋਇਆ
ਤੇ ਨੰਬਰ ਜੋੜਦਾ ਹੋਇਆ ਤੋਤਾ ਸਿੰਘ ਵਾਲੇ ਦੀ ਟੀਮ ਦੇ ਲਈ। ਮੇਰੀ ਬੇਨਤੀ ਹੈ ਅਗਲੀਆਂ ਟੀਮਾਂ ਨੂੰ ਵੀ ਤਿਆਰ ਹੋ ਕੇ ਖੇਡ ਮੈਦਾਨ ਦੇ ਲਾਗੇ ਆ ਜਾਣ। ਕਾਲਾ ਸੰਘਿਆਂ ਤੇ ਸਰਹਾਲਾ ਰਾਣੂਆਂ ਦਾ ਅਗਲਾ ਜਿਹੜਾ ਮੁਕਾਬਲਾ ਹਰਜੀਤ ਵੀਰ ਨੂੰ ਬੇਨਤੀ ਹੈ ਵੀ ਮੈਚਾਂ ਦੀ ਥੋੜੀ ਜਿਹੀ ਜਿਹੜੀ ਕਿਉਂਕਿ ਕੁਝ ਖਿਡਾਰੀ ਜਿਹੜੇ ਹਜੇ ਵੀ ਨਹੀਂ ਪੁੱਜੇ ਇਹ ਡਿਸਾਈਡ ਕਰ ਲਓ ਸਾਡੇ ਬਲਵੀਰ ਸਿੰਘ ਜੀ ਵੀਰੀ ਹੁਣਾਂ ਦੇ ਨਾਲ ਵੀ ਦੂਜਾ ਮੈਚ ਕਿਹੜੀ ਟੀਮ ਦਾ ਕਰਵਾਉਣਾ। ਲਓ ਸਾਹਮਣੇ ਗੁਰਜੀਤ ਕਬੱਡੀ ਪਾ ਰਿਹਾ ਮੇਰੇ ਵੀਰੋ, ਉਧਰ NRI ਵੀਰ ਟੱਕਦੇ ਨੇ ਵਿਦੇਸ਼ਾਂ ਦੇ ਵਿੱਚ। ਲਓ ਇੱਕ ਪਾਸੇ ਪ੍ਰਦੀਪ ਤੇ ਦੂਜੇ ਪਾਸੇ ਗੁਰਜੀਤ, ਪਰ ਨੰਬਰ ਜਿਹੜਾ ਤੋਤਾ ਸਿੰਘ ਵਾਲੇ ਦੀ ਟੀਮ ਦੇ ਲਈ ਖੇਡ ਮੈਦਾਨ ਦੇ ਵਿੱਚ। ਹਾਂਜੀ ਹੈਲੋ, ਪੰਮਾ ਗਾਂਧਰਾ ਵਾਲਾ ਉਹਨੂੰ ਬੇਨਤੀ ਆ ਸਟੇਜ ਤੇ ਪਹੁੰਚੇ ਪੰਮਾ ਗਾਂਧਰਾ ਵਾਲਾ ਭਾਜੀ ਮੇਰਾ। ਪੰਮਾ ਗਾਂਧਰਾ ਵਾਲਾ ਕਹਿੰਦੇ ਵੀ ਕਬੱਡੀ ਕੋਚ ਆ, ਜ਼ਿੰਦਗੀ ਦਾ ਬਹੁਤ ਪਿਆਰਾ ਮਿੱਤਰ, ਉਹਨੂੰ ਬੇਨਤੀ ਹੈ ਵੀ ਇੱਧਰ ਸਟੇਜ ਤੇ ਆ ਕੇ ਸੰਪਰਕ ਕਰੋ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਨੰਬਰ ਜਿਹੜਾ ਖੀਰਾਵਾਲੀ ਦੀ ਧਰਤੀ ਦਾ ਜੰਪਲ ਅਮਰਤਪਾਲ ਸਿੰਘ ਨਾਮ ਹੈ ਔਰ ਪੱਤਣਾ ਦੀ ਟੀਮ ਦੇ ਲਈ ਨੰਬਰ ਜੋੜਦਾ ਹੋਇਆ। ਬਈ ਸਾਹਮਣੇ ਕਬੱਡੀ ਮੇਰੇ ਵੀਰੋ, ਨੌਜਵਾਨ ਬਲਜੀਤ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ। ਐਨ ਕਹਿੰਦਾ ਵੀ ਛਾਂਟਿਆ ਹੋਇਆ ਸਰੀਰ ਏ, ਪਈ ਹੋਈ ਕਬੱਡੀ ਏ, ਚਿੱਟਾ ਕੱਛਾ ਏ, ਸ਼ਾਂਤੀ ਦਾ ਪ੍ਰਤੀਕ। ਲਓ ਕਹਿੰਦੇ ਵੀ ਐਨ ਸ਼ਾਂਤ ਸੁਭਾਅ ਦਾ ਖਿਡਾਰੀ ਖੇਡ ਮੈਦਾਨ ਚ ਕਬੱਡੀ ਪਾ ਰਿਹਾ, ਗਲ ਵਿੱਚ ਸੁੱਖਾਂ ਦਾ ਤਵੀਤ ਜਿਹੜਾ ਪਾਇਆ ਹੋਇਆ, ਤੇ ਕੀ ਫੈਸਲੇ ਹੋਣਗੇ ਸਾਡੇ ਬਲਵੀਰ ਸਿੰਘ ਜੀ ਹੁਣਾਂ ਦੇ। ਬਹੁਤ ਹੀ ਸਤਿਕਾਰਯੋਗ ਸਰਦਾਰ ਸੇਵਾ ਸਿੰਘ ਜੀ ਔਰ ਸਰਦਾਰ ਗੁਰਦਿਆਲ ਸਿੰਘ ਜੀ, ਜਿਨ੍ਹਾਂ ਵੱਲੋਂ 2.5 ਲੱਖ ਰੁਪਈਆ ਵੱਡੇ ਜਿਹੜੇ ਸਹਿਯੋਗ ਨੇ ਇਸ ਕਬੱਡੀ ਕੱਪ ਦੇ ਲਈ। ਨਾਲ ਸਾਡੇ ਅਸ਼ਵਨੀ, ਬਹੁਤ ਹੀ ਸਤਿਕਾਰਯੋਗ ਅਸ਼ਵਨੀ ਰਾਣਾ ਜੀ, ਜਿਨ੍ਹਾਂ ਵੱਲੋਂ 1 ਲੱਖ ਰੁਪਈਆ। ਸੋ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਸਾਰੇ ਸਤਿਕਾਰਯੋਗ NRI ਵੀਰਾਂ ਦੇ ਵੱਡੇ ਸਹਿਯੋਗ ਨੇ। ਲਓ ਸਾਹਮਣੇ ਸੋਨੂੰ ਦਿਆਲਪੁਰੀ ਆ, ਕਰਤਾਰਪੁਰ ਦਾ ਕਹਿੰਦੇ ਵੀ ਫਰਨੀਚਰ ਮਸ਼ਹੂਰ ਹੈ। ਲਓ ਕਰਤਾਰਪੁਰ ਦਾ ਏਰੀਆ ਦਿਆਲਪੁਰ ਪਿੰਡ ਵਾਲਾ ਸੋਨੂੰ ਕਬੱਡੀ ਪਾ ਰਿਹਾ। ਦੂਜੇ ਪਾਸੇ ਸੋਨੀ ਤੋਤਾ ਸਿੰਘ ਵਾਲੇ ਦਾ ਆਓ ਕਹਿੰਦੇ ਵੀ ਲੱਕ ਫੜਨ ਦਾ ਯਤਨ ਕਰਦਾ, ਹੰਦਿਆਂ ਤੇ ਮੁਕਾਬਲਾ, ਪਈ ਹੋਈ ਕਬੱਡੀ, ਕੀ ਫੈਸਲੇ ਹੋਣਗੇ, ਇਹ ਰੈਫਰੀ ਦਾ ਫੈਸਲਾ ਅਟਲ ਮਿੱਤਰੋ। ਵਾਹ, ਇਹ ਤਾੜੀਆਂ ਮਾਰ ਦੋ, ਸਵਾਦ ਜਿਹੜਾ ਵੱਖਰਾ, ਸਵਾਦ ਜਿਹੜਾ ਵੱਖਰਾ, ਜੱਫਾ ਜਿਹੜਾ ਸੋਨੀ ਤੋਤਾ ਸਿੰਘ ਵਾਲੇ ਦੀ ਧਰਤੀ ਦਾ। ਮੋਠੇ ਦੀ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ, ਮੋਠਾ ਤੋਤਾ ਸਿੰਘ ਵਾਲੇ ਦੀ ਟੀਮ ਦੇ ਵੱਲੋਂ ਕਬੱਡੀ ਪਾ ਰਿਹਾ। ਉਧਰ ਇੱਕ ਪਾਸੇ ਮੱਤੂ ਸਿੱਧਵਾਂ ਵਾਲਾ, ਪਰ ਆ ਸਾਹਮਣੇ ਪ੍ਰਦੀਪ ਮੰਨਣ ਦੋਨਾਂ ਦੀ ਧਰਤੀ ਦਾ ਜੰਪਲ ਨਹੀਂ ਡੱਕ ਸਕਿਆ, ਤੇ ਨੰਬਰ ਜਿਹੜਾ ਖੇਡ ਮੈਦਾਨ ਦੇ ਵਿੱਚ ਧਾਵੀ ਦੇ ਲਈ, ਨੰਬਰ ਜਿਹੜਾ ਮੋਠੇ ਦੇ ਲਈ ਖੇਡ ਮੈਦਾਨ ਦੇ ਵਿੱਚ। ਅਗਲੀ ਕਬੱਡੀ ਬਲੇਰ ਖਾਨਪੁਰ, ਕਹਿੰਦੇ ਵੀ ਭੇਟਾਂ ਦੇ ਲਾਗੇ, ਕਾਲੇ ਸੰਘਿਆਂ ਦੇ ਲਾਗੇ, ਸੁੰਨੜਾਂ ਦੇ ਲਾਗੇ, ਜਿਸ ਨਗਰ ਦੇ ਵਿੱਚ ਕਹਿੰਦੇ ਵੀ ਸੰਤ ਬਾਬਾ ਦਇਆ ਸਿੰਘ ਜੀ ਮਹਾਂਪੁਰਸ਼ਾਂ ਦੀ ਉਹ ਧਰਤੀ ਹੈ, ਮੀਰੀ ਪੀਰੀ ਦੇ ਮਾਲਕ ਜਿਹੜੇ ਉਹਨਾਂ ਦੀ ਚਰਨ ਸੁਭਤ ਧਰਤੀ, ਇਹ ਉਸੇ ਨਗਰ ਬਲੇਰ ਖਾਨਪੁਰ ਦੀ ਧਰਤੀ ਦਾ ਇਹ ਹੈਪੀ ਖੇਡ ਮੈਦਾਨ ਦੇ ਵਿੱਚ ਨੰਬਰ ਜੋੜਦਾ ਆਪਣੀ ਟੀਮ ਦੇ ਲਈ। ਉਧਰ ਕਬੱਡੀ 365 ਦੇ ਕੈਮਰੇ ਫੋਕਸ ਨੇ, NRI ਵੀਰ ਜਿਹੜੇ ਜੁੜ ਚੁੱਕੇ ਨੇ। ਲਓ ਅੱਜ ਦੇ ਸਰਹਾਲਾ ਰਾਣੂਆਂ ਦੇ ਇਸ ਕਬੱਡੀ ਕੱਪ ਦੇ ਨਾਲ, ਤੇ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੈਂ ਦੇਖਦਾ ਵੀ ਸਾਬੀ ਕਬੱਡੀ ਪਾ ਰਿਹਾ। ਸਾਬੀ ਦੀ ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ, ਪਈ ਹੋਈ ਕਬੱਡੀ, ਤੇ ਸਾਡੇ ਬਲਵੀਰ ਸਿੰਘ ਜੀ ਫੈਸਲਾ ਦਿੰਦੇ ਨੇ ਵੀ ਨੰਬਰ ਜਿਹੜਾ ਧਾਵੀ ਦੇ ਲਈ। ਤੋਤਾ ਸਿੰਘ ਵਾਲੇ ਦੀ ਟੀਮ ਦਾ ਸਾਡਾ ਕੋਚ ਸਾਹਿਬਾਨ, ਉਧਰ ਸਾਡੇ ਬਿੰਦੂ ਹੁਣੀ ਭਰੋਲੀ ਵਾਲੇ ਵੀ ਪੁੱਜ ਚੁੱਕੇ ਨੇ, ਬਿੰਦਾ ਭਰੋਲੀ ਵਾਲਾ ਮਸ਼ਹੂਰ ਤੇ ਇੰਟਰਨੈਸ਼ਨਲ ਖਿਡਾਰੀ, ਉਹ ਵੀ ਅੱਜ ਖੇਡ ਮੈਦਾਨ ਚ ਕਬੱਡੀਆਂ ਪਾਵੇਗਾ। ਪਰ ਆ ਸਾਹਮਣੇ ਮਨਵੀਰ ਮੰਨਾ ਖੋਜੇ ਵਾਲੀ ਆ ਕਬੱਡੀ ਪਾ ਰਿਹਾ ਮੇਰੇ ਵੀਰੋ, ਕੌਣ ਡੱਕੇਗਾ? ਇਹ ਹੈ ਹਰੀ, ਖੇਡ ਮੈਦਾਨ ਦੇ ਵਿੱਚ ਇਸ ਵੇਲੇ ਡੱਕਣ ਦਾ ਪੂਰਾ ਯਤਨ ਕਰਦਾ। ਸੋ ਨੰਬਰ ਜਿਹੜਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੱਤੜ ਕਲਾਂ ਦੀ ਟੀਮ ਦੇ ਲਈ। ਚੱਲ ਵੀ ਲੱਕੀ ਸਿਆਂ ਪਾ ਕਬੱਡੀ ਨੌਜਵਾਨ, ਲੱਕੀ ਦੀ ਕਬੱਡੀ ਖੇਡ ਮੈਦਾਨ ਵਿੱਚ ਮੇਰੇ ਵੀਰੋ, ਨੌਜਵਾਨ ਲੱਕੀ ਦੀ ਕਬੱਡੀ ਜਿਹੜੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ। ਇੱਕ ਪਾਸੇ ਇੰਟਰਨੈਸ਼ਨਲ ਖਿਡਾਰੀ, ਇਹ ਹੈ ਪਿਆਰਾ ਬਲੇਰ ਖਾਨਪੁਰ ਦੀ ਧਰਤੀ ਦਾ ਪੰਮੇ ਗਾਂਧਰਾ ਵਾਲੇ ਨੂੰ ਬੇਨਤੀ ਵੀ ਇੱਧਰ ਆ ਕੇ ਸਾਡੇ ਪ੍ਰਧਾਨ ਹਰਜੀਤ ਹੁਣਾਂ ਦੇ ਨਾਲ ਆ ਕੇ ਸੰਪਰਕ ਕਰਨਗੇ। ਲਓ ਇੱਕ ਪਾਸੇ ਲੱਕੀ ਤੇ ਦੂਜੇ ਪਾਸੇ ਪਿਆਰੇ ਨੇ ਜਿਹੜੀ ਕੋਸ਼ਿਸ਼ ਕੀਤੀ,
पर नंबर जिहड़ा धाबी दे लई खेड मैदान दे विच जुड़ चुका ते अगली कबड्डी मेरे वीरो एक खीरा वाली दा कहिंदे भी यंपल अमृत नाम है कदे कहिंदे भी हरभजन सिंह भाजी नूं उड़के दा नाम मिलिया कदे कहिंदे भी धरती धक दा नाम खीराबाल दे गग्गी नूं मिलिया तीन ट्रैक्टरां दा जेतू कदे चन्ने दी गल कदे तारी दी गल ते हुण खेड मैदान दे विच अमृत इस वेले कबड्डी पा के नंबर जोड़दा ए बाबा पंगूड़ा कबड्डी क्लब पत्तड़ कलां दी टीम दे लई। अगली कबड्डी खेड मैदान च गुरजीत गुरु दा जीत नाम किन्ना प्यारा है और खेड किन्नी प्यारी है। लो सामने कहिंदे वी सुंदर जिहा शरीर सावला जिहा रंग एन भरमा जिहा शरीर पई हुई कबड्डी खेड मैदान दे विच इस वेले कौन डकेगा। चार जिहड़े जापी ने चौं दे विच कहिंदे वी प्रदीप ने जिहड़ी कोशिश कीती यह है प्रदीप मन्नण दोना सुनड़ा दे लागे संधु चट्ठे दे लागे सिद्धमा दोना दे लागे मन्नना इस नौजवान दा पेंडे लो खेड मैदान च सोनू कबड्डी पा रहा सोनू दयालपुरिया कबड्डी पा रहा इधर साडे कोच गुरबख्श साडा कोच तोता सिंह वाले दी धरती दा ओ भी हल्लाशेरी दे रहा पूरी अपने खिडारियों नूं ते सामने खेड मैदान दे विच इसले बलजीत कबड्डी पा रहा वल मतलब जोर जीत कहिंदे वी जोर दे नाल जीत हुंदी लो एक पासे प्रदीप अज ना सामने कहिंदे वी ऐन मुंडे ने पूरी कहिंदे वी कोशिश कीती पूरी जान जिहड़ी ला दित्ती और उधर साडे कुलवंत सिंह जी कोका अमेरिका वाले भी तकदे ने यह है प्रदीप जिहड़ा मन्नण दोनां दी धरती दा नंबर जोड़दा पत्तड़ां दी टीम दे लई। बाबा मराज शाह कबड्डी क्लब नकोदर ते साबी क्लब मलियां नूं 2 मिंट दा समां दोनों टीमां नूं बेनती भी जल्दी तैयार होकर खेड मैदान दे वल आ जाण। और सरहाला राणुआ ते काला संघियां दा जिहड़ा उह तीजा मैच होवेगा सो मेरी बेनती है भी साबी क्लब मलियां दी टीम ते दूजे पासे नकोदर दी टीम दोनों टीम जिहड़ियां तैयार होकर खेड मैदान दे विच आ जाण। बाबा मराज शाह कबड्डी क्लब नकोदर ते साबी क्लब मलियां दी टीम लो खेड मैदान दे विच पई हुई कबड्डी ते की फैसले होणगे बलवीर सिंह दे भी डबल टच हो चुका कि रैफरी का फैसला टल मित्रो नंबर ओदा इशारा जिहदे बल मित्रो रैफरी का फैसला टल मित्रो। इधर खेड मैदान दे विच फिर कहिंदे भी सुंदर जिहा नौजवान सुनखा जिहा नौजवान कबड्डी पा रहा यह है मनवीर खोजे वालिया खेड मैदान दे विच इस वेले कबड्डी जिहड़ी पै चुकी कलैरी मोर बनिया होया चार जिहड़े कहिंदे उधर जाफी ने तोता सिंह वाले दी धरती दा यह सोनी ला एक पासे मन्ना ते दूजे पासे सोनी पर नंबर जिहड़ा पत्तड़ कलां दी टीम दे लई। लो सामने खेड मैदान च लाल कशा नायकी दा नौजवान ने पाया होया मारदा होया पट्टा दे उत्ते थापियां इह खेड मैदान दे विच कबड्डी जिहड़ी इस वेले साबी दी जिहड़ी पै चुकी एक साबी कहिंदे वी खानपुरिया उह वी अज खेड मैदान दे विच आवेगा एक साबी नहीं रहा साडे विचकार साबी मलियां वाले दे नाम ते अज मलियां दी टीम खेडेगी ते एक साबी तोता सिंह वाले दी धरती दा तुहाडे सामने कबड्डी पा रहा मेरे वीरो। दूजे पासे कौन है यह है अमनदीप सिंह चट्ठा ढंडोवाल दी धरती दा जंपल 2015 दे विच कहिंदे भी मोटरसाइकिल मिलिया इस नौजवान नूं यह है अमना ढंडोवाल दी धरती दा नंबर जोड़दा होया पत्तड़ कलां दी टीम दे लई। फिर खीरा वाली दी धरती दा जंपल अमृत कबड्डी पा रहा अमृतपाल दी पई कबड्डी ते कौन डकेगा। लो सामने जिहड़े चार खिडारी ने एक पासे मैं देखदा भी हरी भी तैयार है पर सोनी अज कमाल दे जप्पे ला रहा उधर सच जिहड़े हमेशा कहिंदे भी जित जिहड़ी सच दी हुंदी नौजवान कहिंदे भी चरने ने धल्ले वाले ने उंगली खड़ी कीती भी टच जिहड़ा मैनूं लगा
ਤੇ ਸਾਹਮਣੇ ਲਓ ਖੇਡ ਮੈਦਾਨ ਦੇ ਵਿੱਚ ਲੱਕੀ ਕਬੱਡੀ ਪਾ ਰਿਹਾ। ਲੈ ਵੀ ਪਿਆਰੇ ਲਾਜ ਆਪਾਂ ਨੌਜਵਾਨਾਂ, ਤੇਰੀ ਕੈਨੇਡਾ ਦੇ ਵਿੱਚ ਵੀ ਗੱਲ ਚੱਲੀ। ਲਓ ਇੱਧਰ ਕਹਿੰਦੇ ਵੀ ਫਿਰ ਅਮਨਾ ਟੰਡੋਵਾਲ ਦੀ ਧਰਤੀ ਦਾ ਫਿਰ ਦੂਜੀ ਵਾਰ ਟਰਾਈ ਕਰਦਾ, ਪਰ ਦੇਖੋ ਕੀ ਬਣਦਾ ਕੀ ਜੁੜਦਾ। ਪਰ ਨੰਬਰ ਜਿਹੜਾ ਇਸ ਵੇਲੇ ਧਾਵੀ ਦੇ ਲਈ ਕਿ ਨੋਟ ਸੰਡੇ ਐਵਰੀ ਡੇ ਮਾਈ ਡੀਅਰ ਉਸਤਾਦ ਪ੍ਰੋਫੈਸਰ ਮੱਖਣ ਸਿੰਘ ਜੀ ਕੀਮਪੁਰ ਵਾਲੇ ਆਖਦੇ ਹੁੰਦੇ ਨੇ ਵੀ ਹਰ ਰੋਜ਼ ਐਤਵਾਰ ਦਾ ਦਿਨ ਨਹੀਂ ਆਉਂਦਾ, ਅੱਜ ਮੰਗਲਵਾਰ ਦਾ ਦਿਨ ਹੈ। ਫਿਰ ਕਹਿੰਦੇ ਵੀ ਬੁੱਧ ਵੀਰ ਸ਼ੁੱਕਰ ਸ਼ਨੀ ਫਿਰ ਐਤਵਾਰ ਦਾ ਜਿਹੜਾ ਦਿਨ ਆਉਣਾ। ਔਰ ਜਿਵੇਂ ਹਰ ਕਬੱਡੀ ਤੇ ਜੱਫਾ ਨਹੀਂ ਲੱਗਦਾ ਤੇ ਹਰ ਰੋਜ਼ ਐਤਵਾਰ ਦਾ ਦਿਨ ਨਹੀਂ ਹੁੰਦਾ। ਇੱਧਰ ਸੋਨੂੰ ਤੇ ਦੂਜੇ ਪਾਸੇ ਚਰਨਾ ਧੱਲੇ ਕੇ ਵਾਲਾ ਜਿਹੜਾ ਡੱਕਣ ਦਾ ਯਤਨ ਕਰਦਾ, ਪਰ ਇਸ ਦੇ ਨਾਲ ਹੀ ਸਮਾਂ ਜਿਹੜਾ ਹਾਫ ਹੋ ਚੁੱਕਾ। ਲੈ ਵੀ ਮਿੰਟੂ ਸਿਓ ਯੋਧੇ ਮੱਲੀਆਂ ਵਾਲੇ ਵੀ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਆ ਜਾਓ ਨੌਜਵਾਨੋ, ਹਾਫ ਟਾਈਮ ਹੋ ਚੁੱਕਾ। ਸਾਬੀ ਕਲੱਬ ਮੱਲੀਆਂ ਦੀ ਟੀਮ ਦਾ ਹਰਜੀਤ ਜੀ ਹੁਣ ਬਾਬਾ ਰਾਮ ਜੋਗੀ ਪੀਰ ਦੇ ਨਾਲ ਜੀ, ਸਾਬੀ ਕਲੱਬ ਮੱਲੀਆਂ ਤੇ ਬਾਬਾ ਰਾਮ ਜੋਗੀ ਪੀਰ ਅਗਲੇ ਮੈਚ ਦੀਆਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਆ ਜਾਣ। ਪੱਤੜ ਕਲਾਂ ਦੀ ਟੀਮ ਦੇ ਜਿਹੜੇ 17.5 ਨੰਬਰ ਨੇ, ਤੋਤਾ ਸਿੰਘ ਵਾਲੇ ਦੀ ਟੀਮ ਦੇ ਜਿਹੜੇ 12 ਨੰਬਰ ਨੇ, ਲਓ 12 ਨੰਬਰ ਤੋਤਾ ਸਿੰਘ ਵਾਲਾ ਤੇ 17.5 ਨੰਬਰ ਪੱਤੜ ਕਲਾਂ ਦੀ ਟੀਮ, ਬਾਬਾ ਪੰਗੂੜਾ ਕਬੱਡੀ ਕਲੱਬ ਪੱਤੜ ਕਲਾਂ ਦੀ ਟੀਮ ਦੇ ਜਿਹੜੇ 17.5। ਔਰ ਸਰਦਾਰ ਕੁਲਵੰਤ ਸਿੰਘ ਜੀ ਕੋਕਾ ਅਮਰੀਕਾ ਵਾਲੇ ਕਹਿੰਦੇ ਵੀ ਇਹਨਾਂ ਖਿਡਾਰੀਆਂ ਤੋਂ ਜਿਹੜੇ ਨੋਟ ਵਾਰਦੇ ਨੇ ਹੈਲੋ ਤੀਰਥ ਆ ਪਾਣੀ ਲਿਆ ਭੱਜ ਗਏ, ਆ ਜਾ ਆ ਜਾ। ਓਂਕਾਰ ਕਿੱਥੇ ਗਿਆ ਵੇ, ਉਹ ਵੀ ਆਵੇ। ਲਓ ਹਾਫ ਟਾਈਮ ਦੇ ਹੋ ਚੁੱਕਾ ਤੇ ਮੈਚ ਜਿਹੜਾ ਹੁਣ ਦੁਬਾਰਾ ਜਿਹੜਾ ਸ਼ੁਰੂ ਹੋਣ ਜਾ ਰਿਹਾ, ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ। ਲੈ ਵੀ ਭਵੇਂ ਵੀਰ ਹੁਣ ਮੱਲੀਆਂ ਦੇ ਨਾਲ ਮਾਲੂਪੁਰ ਦਾ ਮੈਚ ਬਈ, ਮੱਲੀਆਂ ਤੇ ਨਕੋਦਰ, ਮੇਰੀ ਬੇਨਤੀ ਹੈ ਵੀ ਮੱਲੀਆਂ ਤੇ ਨਕੋਦਰ ਜਲਦੀਆਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵੱਲ ਆ ਜਾਣ। ਮੱਲੀਆਂ ਤੇ ਨਕੋਦਰ ਹਾਫ ਟਾਈਮ ਹੋ ਚੁੱਕਾ, ਮੇਰੀ ਬੇਨਤੀ ਹੈ ਦੋਨੇ ਟੀਮਾਂ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ। ਸੋ ਨੋਟ ਕਰ ਲਓ ਵੀ ਜੇਕਰ ਹੁਣ ਟੀਮਾਂ ਸਮੇਂ ਦੇ ਨਾਲ ਨਹੀਂ ਆਉਂਦੀਆਂ ਤੇ ਵਾਕਿਆ ਜਿਹੜਾ ਪਾਰਟੀਸਪੇਟ ਜ਼ਰੂਰ ਕਟੌਤੀ ਹੋਵੇਗੀ। ਫਿਰ ਕੋਈ ਵੀ ਖਿਡਾਰੀ ਇਤਰਾਜ਼ ਨਾ ਕਰੇ ਵੀ ਜੇ ਹੁਣ ਟੀਮਾਂ ਟਾਈਮ ਦੇ ਨਾਲ ਨਹੀਂ ਆਉਂਦੀਆਂ, ਕਿਉਂਕਿ ਕਲੱਬ ਜਿਹੜੀ ਮਰਜ਼ੀ ਹੋਵੇ, ਖਿਡਾਰੀ ਜਿਹੜੇ ਮਰਜ਼ੀ ਹੋਣ, ਰੂਲ ਐਂਡ ਰੈਗੂਲੇਸ਼ਨ ਜਿਹੜੇ ਆਪਾਂ ਫੋਲੋ ਕਰਨੇ ਨੇ ਅੱਜ ਸਰਹਾਲਾ ਰਾਣੀਆਂ ਦੇ ਇਸ ਕਬੱਡੀ ਕੱਪ ਤੇ। ਔਰ ਮੇਰੀ ਬੇਨਤੀ ਹੈ ਵੀ ਨਕੋਦਰ ਤੇ ਮੱਲੀਆਂ ਨੂੰ ਵੀ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ। ਬਹੁਤ ਹੀ ਸਤਿਕਾਰਯੋਗ ਸਾਡੇ ਸਰਦਾਰ ਮਨਦੀਪ ਸਿੰਘ ਜੀ ਰਾਣੂ, ਸਨ ਆਫ ਸਰਦਾਰ ਅਜਮੇਰ ਸਿੰਘ ਜੀ ਰਾਣੂ ਕੈਨੇਡਾ ਵਾਲੇ ਸਾਡੇ ਇਸ ਕਬੱਡੀ ਕੱਪ ਤੇ ਜਿਹੜੇ ਪੁੱਜੇ ਹੋਏ ਨੇ। ਸੋ ਮੈਂ ਸਮੁੱਚੇ ਕਲੱਬ ਵੱਲੋਂ ਸਵਾਗਤ ਕਰਾਂਗਾ, ਧੰਨਵਾਦ ਕਰਾਂਗਾ, ਨਿੱਘੀ ਜੀਆਂ ਨੂੰ ਆਖਾਂਗਾ ਸਾਡੇ ਬਲਵੀਰ ਸਿੰਘ ਜੀ ਵੀਰੀ ਹੁਣਾਂ ਵੱਲੋਂ, ਔਰ ਸਾਡੇ ਸਮੁੱਚੇ ਕਲੱਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਸਰਹਾਲਾ ਰਾਣੂਆਂ ਦੀ ਧਰਤੀ ਤੇ ਅੱਜ ਲੱਗੀਆਂ ਹੋਈਆਂ ਰੌਣਕਾਂ।
हरजीत जी हुड़ा नूं बेनती भी अपने वालों भी तुसीं अपने माइक दे नाल जरूर महान शख्सियतां दा आए हुए मेहमानां दा धन्नवाद करिया करो रब वर्गे दर्शक वीरां दा ते खिडारी वीरां दा। लो सामने आओ फिर जुड़िए मां खेड कबड्डी दे नाल मल्लियां ते नकोदर नूं मेरी वार वार बेनती है भी इस वार जिहड़ी कटौती जरूर होवेगी जे समय दे नाल टीमां नहीं आउंदियां ये प्रबंधक वीरां दे जिहड़े फैसले उटल ने। सामने अमृतपाल खीरा वाली कबड्डी पा रहा कहिंदे भी एलसीडियां दा जेतू मोटरसाइकलां दा जेतू पर दूजे पासे पहाड़ वर्गा गभरू कौन है यह हरी सिंह तोता सिंह वाले दी धरती दा अजोर अपना इतिहास आप रचदा। आओ कहिंदे भी उंगली खड़ी कीती पड़ते थापी मार के कि हर कोई अपने आप ते माण करदा आया जो भी इस जहान अंदर हिक्का चौड़ियां करके तुरन वाले परखे जांदे ने विच मैदान अंदर 500 रुपया साढ़े कलवान सिंह जी बिट्टू कनेडा और कुलविंदर सिंह जी किंदा अमेरिका हरदीप सिंह जी सोनी अमेरिका तिना वीरां वालों ते साढ़े कलवान सिंह जी कुका अमेरिका 500 रुपया हरी नौजवान ने जिन्हें जफा लाया ते इधर बलेर खानपुरी प्यारे दी जड़ी कोशिश है 500 रुपया और इधर साढ़े 500 रुपया इधर पहुंच गया कलवान सिंह जी बिट्टू कनेडा लाइव जेडे तकते ने और नाल साढ़े कुलविंदर सिंह जी किंदा अमेरिका हरदीप सिंह जी सोनी फड़ भई नौजवाना कोसा फड़ो ये 500 रुपया हरी दा उपर नाम लिखो बहुत ही सत्कारयोग सरदार बलवीर सिंह जी भीरी कलवान सिंह जी कुका अमेरिका वाले तरलोचन सिंह जी अमेरिका वाले बड़े मान ने लो सामने खेड मैदान दे विच मैं देखदा भी साबी इस वेले नंबर जोड़दा तोता सिंह वाले की टीम दे लई खेड मैदान दे विच कबड्डी बलेर खानपुर की धरती का हैप्पी कबड्डी पा रहा मेरे वीरो पई हुई कबड्डी ते कौन डकेगा एक पासे सोनी लो कदे गुट फड़न का जतन करदा और नंबर जेड़ा इस वेले बाबा पंगूड़ा कबड्डी क्लब पत्तड़कलां दी टीम दे लई 2:22 हो चुके जे मोबाइलों वाल नजर मारीे तो समा जिहड़ा अपनी चाल चलता जा रहा दूजे मैच लई मेरी बेनती है टीमां नूं भी जल्दी मल्लियां ते नकोदर दीआं टीमां खेड मैदान दे वल आ जाण मल्लियां ते नकोदर दीआं टीमां जल्दी खेड मैदान दे वल आ जाण। तीजा मुकाबला काला संघिया ते सरहाला राणुआ ये तीजा मुकाबला जिहड़ा होवेगा ये भी टीमां जिहड़ियां तैयार होके खेड मैदान दे वल आ जाण। लो सामने सोनू सिकसरदार कबड्डी पा रहा खेड मैदान दे विच सोनू दी पई हुई कबड्डी एक पासे चरना है पर सोनी ते सोनू सोनी ते सोनू सोनी ते सोनू दा मुकाबला मेरे वीरो नंबर जिहड़ा पत्तड़कलां दी टीम दे लई कबड्डी 365 लो अज विदेशां विच बैठे तकदे ने इन्हां दे वीरां दे वड्डे सहयोग ने चाहे कहिंदे वी साडे नीटू कंग हुणी महान प्रमोटर भी इस रंगले पंजाब की धरती से पुज जाते ने जदों माखेड कबड्डी के मुकाबले चलते ने और साढ़े आस्ट्रेलिया हरदेव सिंह जी गल होनी भी तकते ने भी 20 मार्च की तरीक गिल्लां दे कबड्डी कप की तरीक है पर सामने एक पासे गुरजीत ते दूजे पासे मत्तू सिद्धवां वाले की कोशिश है। हाँ जी उधर साढ़े कुल्ला सरहाले वाला साड़ी पंजाबी बोली दे सेवादार माण है इस नगर नूं भी प्रसिद्ध लोक गायक अपने साथियों दे नाल बैठे ने। लो इधर खेड मैदान विच फिर मैनूं लगदा भी मुंडे ने ऐन सिरा करा दिता अमृत दी पही कबड्डी ते चरने ने जफा ला दिता ऐन सिरा करा दिता ते नंबर जिहड़ा खेड मैदान विच तोता सिंह वाले की टीम दे लई लगभग 3-4 नंबरां दा फर्क मैनूं लगदा भी फर्क जिहड़ा दूर हो जाणा जे इदां जफे लागा है पहला ही मैच ते। हां जी हलो 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 हाफ टाइम तक कहिंदे भी 12:17 दा मुकाबला सी पर हुण बराबर दी टक्कर हो गई एक बारी ताड़ी जरूर मारो मेरे दर्शक वीरो हलो के मालवे
ਹੈਲੋ ਹੈਲੋ ਅਗਲੀਆਂ ਟੀਮਾਂ ਨੂੰ ਬੇਨਤੀ ਅਸੀਂ ਕਰਦੇ ਹਾਂ ਵੀ ਉਹ ਆ ਕੇ ਗਰਾਊਂਡ ਵਿੱਚ ਪਹੁੰਚਣ। ਜੇਕਰ ਕੋਈ ਵੀ ਟੀਮ ਸਮੇਂ ਸਿਰ ਨਹੀਂ ਆਉਂਦੀ ਤਾਂ ਉਹਦੇ ਪੈਸੇ ਕੱਟੇ ਜਾਣੇ ਆ, ਇਹ ਸਾਡੀ ਕਮੇਟੀ ਦਾ ਫੈਸਲਾ ਹੈਗਾ। ਬਾਕੀ ਸੱਦੀਆਂ ਹੋਈਆਂ ਟੀਮਾਂ ਦਾ ਤਾਂ ਹੀ ਫਾਇਦਾ ਹੁੰਦਾ ਜੇ ਉਹ ਸਮੇਂ ਸਿਰ ਗਰਾਊਂਡ ਦੇ ਵਿੱਚ ਪਹੁੰਚਣ। ਸਾਡੀਆਂ ਸਾਰੀਆਂ ਟੀਮਾਂ ਸੱਦੀਆਂ ਹੋਈਆਂ ਆ, ਫਿਰ ਵੀ ਬੇਟਾਈਮ ਜਿਹਾ ਕੰਮ ਕਰੀ ਜਾਂਦੇ ਆ, ਚੰਗਾ ਨਹੀਂ ਲੱਗਦਾ। ਮੈਨੂੰ ਇੱਦਾਂ ਲੱਗਦਾ ਰਹਿੰਦਾ ਵੀ ਸਪੋਰਟਸਮੈਨਸ਼ਿਪ ਦੀ ਭਾਵਨਾ ਪਲੇਅਰਾਂ ਵਿੱਚੋਂ ਖਤਮ ਹੁੰਦੀ ਜਾ ਰਹੀ ਆ, ਇਹ ਗੱਲ ਨਹੀਂ ਸਾਡੀ ਸੁਣਦੇ ਕੋਈ ਵੀ। ਲਾ ਉਧਰ ਖੇਡ ਮੈਦਾਨ ਚ ਫਿਰ ਕਹਿੰਦੇ ਵੀ ਚਰਨੇ ਨੇ ਇਸ ਵੇਲੇ ਜੱਫਾ ਲਾ ਦਿੱਤਾ ਪਈ ਹੋਈ ਕਬੱਡੀ। ਇਹ ਹੈ ਕਹਿੰਦੇ ਵੀ ਮੁੰਨਾ ਖੋਜੇਵਾਲ ਦੀ ਧਰਤੀ ਦਾ ਮਨਵੀਰ ਸਿੰਘ ਪੂਰਾ ਨਾਮ ਹੈ ਔਰ ਨੰਬਰ ਜਿਹੜਾ ਇਸ ਵੇਲੇ ਤੋਤਾ ਸਿੰਘ ਵਾਲੀ ਦੀ ਟੀਮ ਦੇ ਲਈ। ਲੈ ਵੀ ਗੁਰਜੀਤ ਸਿਆ ਤੇਰੀਆਂ ਤਿੰਨ ਕਬੱਡੀਆਂ ਤੇ 500 ਨੌਜਵਾਨਾਂ ਲੱਗ ਗਿਆ, ਇੱਕ ਤੇਰੀ ਕਬੱਡੀ ਜਿਹੜੀ ਪਈ ਉਹ ਵੀ ਜਿਹੜੀ ਮੰਨੀ ਗਈ ਹੈ, ਦੋ ਕਬੱਡੀਆਂ ਬਾਕੀ ਨੇ। ਸਾਡੇ ਕੁਲਵਿੰਦਰ ਸਿੰਘ ਜੀ ਕਿੰਦਾ ਅਮਰੀਕਾ, ਕੁਲਵੰਤ ਸਿੰਘ ਜੀ ਬਿੱਟੂ ਕੈਨੇਡਾ, ਹਰਦੀਪ ਸਿੰਘ ਜੀ ਸੋਨੀ ਅਮਰੀਕਾ, ਤਿੰਨਾਂ ਵੀਰਾਂ ਵੱਲੋਂ ਕਹਿੰਦੇ ਵੀ 500 ਤੈਨੂੰ ਦਿੱਤਾ ਜਾਣਾ, ਜੇ ਜੱਫਾ ਲੱਗ ਗਿਆ ਤਾਂ ਫਿਰ ਯਾਫੀ ਨੂੰ ਦਿੱਤਾ ਜਾਣਾ, ਇਹ ਵੀ ਨੋਟ ਕਰ ਲਓ। ਹਾਂਜੀ ਮਾਈਕ ਵੱਟੂ। ਹਾਂਜੀ ਹਰਜੀਤ ਭਾਜੀ, ਮੱਲੀਆਂ ਤੇ ਨਕੋਦਰ ਨੂੰ ਵਾਰ ਵਾਰ ਮੇਰੀ ਬੇਨਤੀ ਹੈ ਵੀ ਮੱਲੀਆਂ ਤੇ ਨਕੋਦਰ ਦੀਆਂ ਟੀਮਾਂ ਜਲਦੀ ਖੇਡ ਮੈਦਾਨ ਦੇ ਵੱਲ ਆ ਜਾਣ। ਸਾਹਮਣੇ ਕਹਿੰਦੇ ਵੀ ਦਿਆਲਪੁਰ ਪਿੰਡ ਵਾਲੇ ਸੋਨੂ ਦੀ ਕਬੱਡੀ ਏ, ਪਰ ਕੀ ਫੈਸਲਾ ਬਲਵੀਰ ਸਿੰਘ ਜੀ ਹੁਣਾਂ ਦਾ ਵੀ ਨੰਬਰ ਧਾਵੀ ਦੇ ਲਈ। ਹੈਲੋ, ਨੀਰ ਤੋਂ ਸਾਬਕਾ ਕਬੱਡੀ ਖਿਡਾਰੀ ਤਲੋਚਨ ਤੋਚੀ, ਉਹਨਾਂ ਦਾ ਧੰਨਵਾਦ ਕਰਦੇ ਹਾਂ ਕਮੇਟੀ ਵੱਲੋਂ, ਉਹ ਸਾਡੇ ਪਹੁੰਚੇ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਨੀਰ ਤੋਂ ਤਲੋਚਨ ਤੋਚੀ, ਬਹੁਤ ਹੀ ਸਤਿਕਾਰਯੋਗ ਆਪਣੇ ਸਮੇਂ ਦੇ ਮਹਾਨ ਖਿਡਾਰੀ ਨੀਰ ਤੋਂ ਸਾਡੇ ਵਿਚਕਾਰ ਸਰਦਾਰ ਤਰਲੋਚਨ ਸਿੰਘ ਜੀ ਤੋਚੀ ਹੁਣੀ ਪੁੱਜੇ ਨੇ, ਕਿਉਂਕਿ ਆਪਣੇ ਜਿਹੜੇ ਉਹ ਜਵਾਨੀ ਦੇ ਦਿਨ ਯਾਦ ਜਿਹੜੇ ਆਉਣੇ ਨੇ ਅੱਜ ਇਸ ਖੇਡ ਮੈਦਾਨ ਨੂੰ ਤੱਕ ਕੇ। ਲੈ ਵੀ ਗੁਰਜੀਤ ਸਿਆ ਤੇਰੀ ਦੂਜੀ ਕਬੱਡੀ ਪੈ ਚੁੱਕੀ, ਲੈ ਵੀ ਬਲੇਰ ਖਾਨਪੁਰ ਵਾਲਿਆਂ ਲਾ ਜੱਫਾ, ਪਰ ਸਾਹਮਣੇ ਅਮਨਾ ਟੰਡੋਵਾਲ ਦਾ ਇਹ 500 ਦਾ ਹੱਕਦਾਰ ਹੋ ਚੁੱਕਾ। ਕੁਲਵੰਤ ਸਿੰਘ ਜੀ ਬਿੱਟੂ ਕੈਨੇਡਾ, ਕੁਲਵਿੰਦਰ ਸਿੰਘ ਜੀ ਕਿੰਦਾ ਅਮਰੀਕਾ, ਹਰਦੀਪ ਸਿੰਘ ਜੀ ਸੋਨੀ, ਲਓ 500 ਰੁਪਇਆ ਜਿਹੜਾ ਇਹ ਹੈ ਅਮਨਾ ਟੰਡੋਵਾਲ ਦੀ ਧਰਤੀ ਦਾ। ਅਮਨਦੀਪ ਸਿੰਘ ਚੱਠਾ ਪੂਰਾ ਨਾਮ, ਪਰ ਉਧਰ ਸੋਨੀ ਵੀ ਬਰਾਬਰ ਦਾ ਜੱਫਾ ਲਾ ਰਿਹਾ ਮੇਰੇ ਵੀਰੋ, ਸੋਨੀ ਤੋਤਾ ਸਿੰਘ ਵਾਲੇ ਦੀ ਧਰਤੀ ਦਾ ਮੁੱਠੀ ਪਰ ਸਰੀਰ। ਸਾਹਮਣੇ ਬਲੇਰ ਖਾਨਪੁਰੀਆ ਇਸ ਵੇਲੇ ਹੈਪੀ ਨੰਬਰ ਪੱਤੜਾਂ ਦੀ ਟੀਮ ਦੇ